ਖਾਜਾ ਸਿੰਘ ਸਰਾਰੀ ਦਾ ਅਸਤੀਫਾ ਦਿੱਤਾ ਹੈਗਾ ਤੁਸੀਂ ਵੀ ਬਹੁਤ ਸਾਰੇ ਧਰਨੇ ਜਾਰੀ ਕੀਤੇ ਬਹੁਤ ਸਾਰੀ ਕਮੇਟੀ ਕਿਸ ਵਾਰੀ ਤੋਂ ਅਸਤੀਫਾ ਲੈ ਜਾਵੇ ਅੱਜ ਉਹਨੇ ਖੁਦ ਅਸਤੀਫਾ ਸਬਮਿਟ ਕਰਤਾ ਉਹ ਖੁਦ ਇਸ ਕਰਕੇ ਕਰਤਾ ਹੋਣਾ ਹੈ ਕਿ ਇਹ ਤਾਂ ਮੰਗ ਹੈ ਇਸ ਕੁਐਸਚਨ ਲੱਗ ਰਿਹਾ ਸੀ ਸਰਕਾਰ ਤੇ ਪਹਿਲਾਂ ਹੀ ਬਾਜਵਾ ਸਾਹਿਬ ਨੇ ਇੱਕ ਵਾਰੀ ਕਿਹਾ ਸੀ ਯਾਦ ਹੋਣਾ ਕਿ ਦੋ ਮੰਤਰੀਆਂ ਦੀ ਇਸ ਤਰ੍ਹਾਂ ਹੀ ਬਲੀ ਦੇਣਗੇ ਪਰ ਉਹਨਾਂ ਦੇ ਮੰਤਰੀ ਦਾ ਆਪ ਹੀ ਇਸ ਗੱਲ 'ਚ ਫਸ ਗਏ ਪਹਿਲਾ ਮੰਤਰੀ ਇੱਕ ਵਿਖਾਵੇ ਲਈ ਕੰਮ ਕੀਤਾ ਜੋ ਮੈਨੂੰ ਲੱਗਦਾ ਜਿਸ ਤਰ੍ਹਾਂ ਦੇ ਦੂਸਰੇ ਵਿਅਕਤੀ ਦੇ ਅਸੀਂ ਵਾਰ ਵਾਰ ਐਜੀਟੇਸ਼ਨਸ ਕੀਤੀਆਂ ਪੰਜਾਬ ਦੀ ਵਿਧਾਨ ਸਭਾ ਬਤੌਰ ਸੀਐਲਪੀ ਲੀਡਰ ਚੱਲਣ ਨਹੀਂ ਦਿੱਤੀ ਗਈ ਦੋ ਦਿਨ ਦਾ ਇਹੀ ਕੰਮ ਸੀਗਾ ਕਿ ਫੌਜਾ ਸਿੰਘ ਸ਼ਰਾਰੀ ਦੇ ਮੁੱਦੇ ਤੇ ਆ ਕੇ ਮੁੱਖ ਮੰਤਰੀ ਸਾਹਿਬ ਬਿਆਨ ਦੇਣ ਲੇਕਿਨ ਮੁੱਖ ਮੰਤਰੀ ਸਾਹਿਬ ਨੇ ਚੁੱਪੀ ਧਾਰੀ ਰੱਖੀ ਕਿਉਂ ਕਿਉਂਕਿ ਉਹਨਾਂ ਨੂੰ ਡਰ ਸੀਗਾ ਕਿ ਜੇ ਅੱਜ ਫੌਜਾ ਸਿੰਘ ਸ਼ਰਾਰੀ ਨੂੰ ਉਤਾਰਦੇ ਹੈ ਤਾਂ ਗੁਜਰਾਤ ਦੇ ਇਲੈਕਸ਼ਨ ਸਿਰ ਤੇ ਹੈ ਹਿਮਾਚਲ ਦੇ ਇਲੈਕਸ਼ਨ ਸਿਰ ਤੇ ਹੈ ਲੋਕ ਸਵਾਲ ਕਰਨਗੇ ਕਿ ਤੁਹਾਡਾ ਦੂਜੀ ਵਿਕਟ ਵੀ 6 ਮਹੀਨਿਆਂ ਦੇ ਵਿੱਚ ਚਲੀ ਗਈ ਸੋ ਇਸ ਕਰਕੇ ਇਹ ਤਾਂ ਪੰਜਾਬੀਆਂ ਦੀ ਮੰਗ ਸੀ ਔਰ ਸ਼ਰੇਆਮ ਫੌਜਾ ਸਿੰਘ ਸ਼ਰਾਰੀ ਇਸ ਕੇਸ ਦੇ ਵਿੱਚ ਇਨਵੋਲਵ ਹੁੰਦਿਆਂ ਹੋਏ ਉਹਦੀ ਵੋਇਸ ਜਿਹੜਾ ਮੈਸੇਜ ਸੀਗਾ ਉਹ ਆਇਆ ਸੋ ਇਹਦੇ ਨਾਲ ਨਾਲ ਇਹ ਗੱਲ ਨਹੀਂ ਇਕੱਲੇ ਅਸਤੀਫੇ ਨਾਲ ਗੱਲ ਨਹੀਂ ਚੱਲਣੀ ਅਸਤੀਫਾ ਤਾਂ ਦੇਣਾ ਹੀ ਚਾਹੀਦਾ ਸੀ ਇਹ ਕੋਈ ਵੱਖਰੀ ਗੱਲ ਨਹੀਂ ਹੈ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਫੌਜਾ ਸਿੰਘ ਸ਼ਰਾਰੀ ਤੇ ਕੇਸ ਰਜਿਸਟਰ ਹੋਣਾ ਚਾਹੀਦਾ ਹੈ ਔਰ ਵਿਜੀਲੈਂਸ ਉਹਦੀ ਜਾਂਚ ਕਰੇ ਇੱਥੋਂ ਤੱਕ ਪਹੁੰਚਣਾ ਚਾਹੀਦਾ ਨਾ ਕੇਵਲ ਕਿ ਇਕੱਲਾ ਅਸਤੀਫਾ ਉਹਨਾਂ ਤੋਂ ਲਿਆ ਸਾਡੇ ਲੋਕਾਂ ਨੂੰ ਤਾਂ ਫੜ ਫੜ ਕੇ ਅੰਦਰ ਦਿੱਤਾ ਜਾ ਰਿਹਾ ਬਿਨਾਂ ਸਬੂਤ ਤੋਂ ਤੇ ਆਪਦੇ ਵਿਅਕਤੀ ਵਾਸਤੇ ਇੰਨੀ ਢਿੱਲ ਨਹੀਂ ਵਰਤਣੀ ਚਾਹੀਦੀ ਤੋ ਮੇਰੀ ਮੰਗ ਹੈ ਕਿ ਉਹਨਾਂ ਦੇ ਗਾਹ ਕੇਸ ਰਜਿਸਟਰ ਕਰਨ ਤੇ ਇਨਕੁਆਇਰੀ ਕਰਨ ਕਿਸਾਨਾਂ ਦੇ ਨਾਲ ਸਾਡੀ ਪਾਰਟੀ ਕਿਸਾਨਾਂ ਦੇ ਨਾਲ ਹੈ ਇਸ ਸੰਘਰਸ਼ ਦੇ ਵਿੱਚ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਜੇ ਇਸ ਕਿਸਮ ਦੀ ਕੋਈ ਅੱਜ ਹੀ ਮੈਨੂੰ ਜਿਹੜੇ ਉੱਥੋਂ ਦੇ ਸਰਪੰਚ ਨੇ ਮਨਸੂਰਵਾਲ ਦੇ ਉਹਨਾਂ ਦਾ ਮੈਨੂੰ ਇਹ ਆਇਆ ਸੀ ਮੈਂ ਕਿਹਾ ਮੈਂ ਤੁਹਾਨੂੰ ਚੈੱਕ ਕਰਕੇ ਦੱਸਾਂਗਾ ਅੱਛਾ ਕੀਤਾ ਤੁਸੀਂ ਮੈਨੂੰ ਸਵਾਲ ਕੀਤਾ ਜੇ ਇਸ ਕਿਸਮ ਦੀ ਕੋਈ ਹੋਏਗੀ ਤਾਂ ਅਸੀਂ ਜ਼ਰੂਰ ਇਹ ਟੇਕਅਪ ਕਰਾਂਗੇ ਇਸ਼ੂ ਕਿਉਂਕਿ ਮੇਰਾ ਮੰਨਣਾ ਕਿ ਪੰਜਾਬ ਦੇ ਇਨਵਾਇਰਮੈਂਟ ਦੇ ਵਿੱਚ ਜਾਂ ਪਾਣੀਆਂ ਦੇ ਵਿੱਚ ਜੇ ਕੋਈ ਕਿਸੇ ਕਿਸਮ ਦੀ ਉਨੀਕੀ ਹੋ ਰਹੀ ਹੈ ਤੇ ਉਹਦੇ ਵਿੱਚ ਗਵਰਨਮੈਂਟ ਨੂੰ ਸਾਫ ਤੌਰ ਆ ਕੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਅਜੇ 4 ਦਿਨ ਪਹਿਲੇ ਕਿਡਨੀਜ਼ ਦੇ ਫੇਲੀਅਰ ਨਾਲ ਹੀ ਮਨਸੂਰਵਾਲ ਦਾ ਹੀ ਇੱਕ ਬੰਦਾ ਉਸ ਵਿਚਾਰੇ ਦੀ ਡੈਥ ਹੋਈ ਭੋਗ ਪੈ ਕੇ ਹੈਗੇ ਤੋ ਇਹ ਵੀ ਸਾਡੀ ਮੰਨੀ ਹੈ ਕਿ ਇਹ ਜਿਹੜੀ ਇਹ ਬਦਨੀਅਤ ਸਰਕਾਰ ਇਹਨਾਂ ਤੋਂ ਤੁਸੀਂ ਕੀ ਆਸ ਉਮੀਦ ਕਰ ਸਕਦੇ ਮੈਂ ਤੇ ਇੱਕ ਦਿਨ ਅੱਗੇ ਵੀ ਇਹ ਬੋਲਦਿਆਂ ਗੱਲ ਕਹੀ ਸੀ ਕਿ ਭਾਵੇਂ ਨੀਲੇ ਰੰਗ ਦਾ ਭਾਵੇਂ ਪੀਲੇ ਰੰਗ ਦਾ ਲਾਲ ਰੰਗ ਦਾ ਪਾਣੀ ਲੈ ਜਾਓ ਲੈਬੋਰਟਰੀਆਂ ਤੇ ਫਿਰ ਇਹਨਾਂ ਦੀਆਂ ਇਹ ਕਿਸੇ ਸੈਂਟਰਲ ਲੈਬੋਰਟਰੀ ਤੋਂ ਦੇਖੋ ਮੇਰੀ ਇੱਕ ਇੱਥੇ ਇਹ ਵੀ ਰਾਏ ਹੈ ਜਿੰਨੀਆਂ ਵੀ ਇਨਵੈਸਟੀਗੇਸ਼ਨ ਹੋ ਰਹੀਆਂ ਨੇ ਇਹ ਕਿਸੇ ਸੈਂਟਰ ਦੀ ਲੈਬੋਰਟਰੀ ਤੋਂ ਕਰਾਈਆਂ ਜਾਣ ਬਿਕੋਜ਼ ਇਹਨਾਂ ਦੀ ਕ੍ਰੈਡੀਬਿਲਿਟੀ ਆਫ ਦੀ ਗਵਰਨਮੈਂਟ ਇਜ਼ ਐਟ ਦੀ ਲੋਸਟ ਸਟੈਪ ਤੇ ਜੇ ਆਪ ਤੁਸੀਂ ਰਿਪੋਰਟਸ ਆਪ ਮੈਨੂੰ ਜੇ ਇਹਦੀ ਕਾਪੀ ਦੇ ਦਿਓਗੇ ਮੈਨੂੰ ਵੀ ਅੱਜ ਸਵੇਰੇ ਹੀ ਉਹਨਾਂ ਦੀ ਕਾਲ ਆਈ ਸੀ ਸੋ ਮੈਂ ਤੇ ਵਿਧਾਨ ਸਭਾ ਤੋਂ ਪਤਾ ਕਰਨਾ ਸੀ ਬਟ ਸਮੋ ਆਈ ਕੁਡ ਹੈਵ ਬੀਨ ਅ ਮੈਂਬਰ ਬਟ ਉਦੋਂ ਤੱਕ ਮੈਂ ਇਲੈਕਟ ਹੋ ਕੇ ਚਲਾ ਗਿਆ ਹੋ ਸਕਦਾ ਉਸ ਤੋਂ ਬਾਅਦ ਕੋਈ ਉਸ ਕਮੇਟੀ ਨੇ ਰਿਪੋਰਟ ਦਿੱਤੀ ਹੈ ਦੈਟ ਕੁਡ ਬੀ ਪੋਸੀਬਲ ਮੈਨੂੰ ਪਰਦੇ ਦੀ ਜਾਣਕਾਰੀ ਹੈ ਨਹੀਂ ਦੂਜੀ ਗੱਲ ਸਰਾਰੀ ਵਾਲੀ ਨਵੇਂ ਸਾਲ ਦੇ ਵਿੱਚ ਸਾਰੇ ਪੰਜਾਬੀਆਂ ਅਸੀਂ ਮੁਬਾਰਕ ਇਹ ਕੰਮ ਜਿਹੜਾ ਪਹਿਲੇ ਹੋਣਾ ਚਾਹੀਦਾ ਸੀ ਇਹ ਲੇਟ ਇਹਨਾਂ ਨੇ ਕੀਤਾ ਬਟ ਭਗਵੰਤ ਮਾਨ ਦਾ ਮੈਂ ਮਸ਼ਹੂਰ ਹਾਂ ਇਹ ਦੋ ਬੱਕਰੇ ਦੇ ਨਾਲ ਝਟਕਾ ਦਿੱਤੇ ਨੇ ਇੱਕ ਦੋ ਹੋਰ ਵੀ ਲਾਈਨ 'ਚ ਨੇ ਵੀ ਤੁਹਾਨੂੰ
एक दो होर लाइन चो भी तुम दसांगे साढ़े बहुत सारे तत् इन्हों आ चुके दो सिटिंग मिनिस्टर के तत् साढ़े को वो भी उजागर करा बहुत जल्दी थोड़ू यात्रा एक बार निबड़ लैन दो फिर तीजे दिन दौड़े हो अभी इस गल कारण तुम यह पता होगा विंटर सैशन नहीं बुला रहे इंटैलीजेंस ने इन्हों जानकारी देती सी कि तीजा भी जोड़ा तैयार हो गया जो काम तो इस गल कारण चलो घट्ट को डेक का अस्तीफा तो मंजूर किया भगवंत मान को रिपोर्ट है कि ओपोजिशन को दो मिनिस्टर के खिलाफ और साढ़े को बहुत जड़े ने सबूत तगड़े पे हो सकता अजे उस झिड़का देने अगली प्रेस कॉन्फ्रेंस फिर ही हो।